ਮਤਲਬ ਕਿ ਜੁਆਇੰਟ ਹਰੇਕ ਚੀਜ਼ ਦੇ ਲਈ ਬੈਨੀਫਿਟ ਆ ਉਹ ਮੀਲ ਤੇ ਮੀਲਸ ਨੂੰ ਤੁਸੀਂ ਨਾਲ ਦੀ ਨਾਲ ਵੀਡੀਓ ਸਕਿਪ ਨਾ ਕਰਿਓ ਤੁਸੀਂ ਇਹ ਚੀਜ਼ ਇੱਕ ਮਹੀਨਾ ਖਾਣੀ ਆਗੀ ਇੱਕ ਮੰਥ ਤੇ ਉਦੋਂ ਬਾਅਦ ਤੁਸੀਂ ਮੈਨੂੰ ਆਪ ਵੀਡੀਓ ਥੱਲੇ ਕਮੈਂਟ ਕਰਕੇ ਆ ਕੇ ਦੱਸੋਗੇ ਵੀ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖਜੋਲ ਤੇ ਲੋ ਵੀ ਅੱਜ ਤੁਹਾਡੇ ਲਈ ਇੱਕ ਮੀਲ ਲੈ ਕੇ ਆਏ ਹਾਂਗੇ ਜਿਹੜੀ ਕਿ ਆਪਾਂ ਕਹਿ ਦਈਏ ਮਤਲਬ ਕਿ ਵੀ ਚਾਹੇ ਕੋਈ ਗੇਨਿੰਗ 'ਤੇ ਆ ਚਾਹੇ ਕੋਈ ਕਟਿੰਗ ਕਰ ਰਿਹਾ ਹੈਗਾ ਜਾਂ ਆਪਣਾ ਸਟੈਮਿਨੇ ਲਈ ਲਾ ਲਓ ਸਟਰੈਂਥ ਲਈ ਲਾ ਲਓ ਅਤੇ ਵੈਸੇ ਵੀ ਆਪਣੀ ਸਕਿਨ ਹੋਈ ਆਈਜ਼ ਹੋਈਆਂ ਮਤਲਬ ਕਿ ਜੁਆਇੰਟ ਹਰੇਕ ਚੀਜ਼ ਦੇ ਲਈ ਬੈਨੀਫਿਟ ਆ ਉਹ ਮੀਲ ਅਤੇ ਮੀਲਸ ਨੂੰ ਤੁਸੀਂ ਨਾਲ ਦੀ ਨਾਲ ਵੀਡੀਓ ਸਕਿਪ ਨਾ ਕਰਿਓ ਦੇਖੀ ਚੱਲਿਓ ਅਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਜ਼ਰੂਰ ਕਰਨਾ ਅਤੇ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਦਿਖਾਉਣਾ ਸਾਨੂੰ ਅੱਜ ਆਪਾਂ ਕਿਹੜੀ ਮੀਲ ਲੈ ਕੇ ਆਏਗੇ ਫਸਟ ਟਾਈਮ ਮੀਲ ਲੈ ਕੇ ਆਏਗੇ ਤੁਹਾਡੇ ਲਈ ਬਾਈ ਜੀ ਤੇ ਦਿਖਾਉਣਾ ਸਾਨੂੰ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਾਂ ਨੂੰ ਚਾਹੀਦੇ ਨੇ ਵਾਈਟ ਪਿਆਜ਼ ਮਤਲਬ ਕਿ ਆਪਾਂ ਸਮਝ ਲਓ ਕਿ ਆਪਦੇ ਇੱਕ ਬੰਦੇ ਨੇ ਖਾਣ ਬਾਕੀ ਤੁਹਾਨੂੰ ਮੈਂ ਨਾਲ ਦੀ ਨਾਲ ਸਾਰਾ ਕੁਝ ਦੱਸਦਾ ਚਾਹੂੰਗਾ ਫਸਟ ਤਾਂ ਇਹ ਹੈ ਵੀ ਇਹ ਆਪਾਂ ਜਿਹੜੀ ਮੀਲ ਹੈਗੀ ਆਪਾਂ ਦੁਪਹਿਰੇ ਲੈਣੀ ਹੈਗੀ ਵੈਜੀਟੇਬਲਸ ਵਾਲੀ ਮੀਲ ਹੈਗੀ ਅਤੇ ਦੁਪਹਿਰੇ ਲੈਣੀ ਆ ਆਪਾਂ ਕੁਆਂਟਿਟੀ ਦੇ ਹਿਸਾਬ ਨਾਲ ਲੈ ਸਕਦੇ ਹਾਂ ਬੰਦਾ ਵੀ ਜੇ ਇੱਕ ਜਣ ਨੇ ਖਾਣਾ ਤਾਂ ਕਿੰਨੇ ਕੁ ਮੈਂ ਸਮਝ ਲਓ ਵੀ ਮੈਂ ਆਪ ਵੀ ਫੋਲੋ ਵੀ ਕਰਦਾ ਮੈਂ ਡੇਲੀ ਅਤੇ ਮੈਂ ਸਾਰੇ ਦੋ ਵਾਈਟ ਪਿਆਜ਼ ਲਾਵਾਂਗੇ ਆਪਾਂ ਠੀਕ ਹੈ ਅਤੇ ਖੀਰਾ ਹੋ ਜਾਊਗਾ ਖੀਰਾ ਅੱਧਾ ਹੋ ਜਾਊਗਾ ਨਾਲ ਨਾਲ ਆਪਾਂ ਇਕੱਠੀ ਚੱਲਾਂਗੇ ਪਹਿਲਾਂ ਆਪਾਂ ਸਾਰੀ ਡਾਇਟ ਇਕੱਠੀ ਕਰ ਲੈਂਦੇ ਹਾਂ ਅਤੇ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਡਾਇਟ ਦੇ ਵਿੱਚ ਕੀ ਹੋਊਗਾ ਇਕੱਠੀ ਕਰ ਲੈਣ ਡਾਇਟ ਅਤੇ ਆਪਾਂ ਸਾਨੂੰ ਨਾਲ ਦੱਸਾਂਗੇ ਵੀ ਬਣਾਉਣੀ ਕਿਵੇਂ ਆ ਗਿਆ ਆਪਾਂ ਸੈਲਡ ਬਣਾਵਾਂਗੇ ਇੱਕ ਤਰ੍ਹਾਂ ਦਾ ਸਾਰੀਆਂ ਚੀਜ਼ਾਂ ਦੱਸਾਂਗੇ ਵੀ ਕਿਹੜੀ ਚੀਜ਼ ਕਿੰਨੀ ਕੀ ਸਿਸਟਮ ਆ ਸਾਰਾ ਕੁਛ ਹੋਣਗੇ ਮਸ਼ਰੂਮਸ ਜਿਹੜੇ ਕਿ ਮੇਰੇ ਫੇਵਰੇਟ ਨੇਗੇ ਸੈਲਡ ਪੱਤਾ ਕਿਸੇ ਹੋਰ ਦਿਨ ਤੁਹਾਨੂੰ ਮਤਲਬ ਕਿ ਇੱਕ ਹੋਰ ਮੀਲ ਲੈਣਾ ਆਪਣਾ ਫਰੂਟਸ ਵਾਲੀ ਅਤੇ ਸਟ੍ਰੋਬੇਰੀ ਹੋ ਗਈ ਜਿਵੇਂ ਇੱਦਾਂ ਚੀਜ਼ਾਂ ਉਹ ਚੀਜ਼ 'ਤੇ ਵੀ ਜੇ ਤੁਸੀਂ ਇਹ ਵੀਡੀਓ ਨੂੰ ਪਿਆਰ ਦੇਵੋਗੇ ਤਾਂ ਫਰੂਟਸ ਵਾਲੀ ਮੀਲ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿਹੜੇ ਕਿਹੜੇ ਫਰੂਟਸ ਖਾਣੇ ਚਾਹੀਦੇ ਨੇ ਕਿੱਦਾਂ ਕਿੱਦਾਂ ਅਤੇ ਇਹ ਆਪਣੀ ਚੀਜ਼ ਹੋ ਗਈ ਹੈ ਨਾ ਅਤੇ ਆਹ ਹੋ ਗਿਆ ਆਪਣਾ ਪਨੀਰ ਮਤਲਬ ਕਿ ਜਿਹੜੇ ਕਟਿੰਗ ਕਰਦੇ ਨੇ ਉਹ ਪਨੀਰ ਨੂੰ ਅਵੋਇਡ ਕਰ ਸਕਦੇ ਨੇ ਬਟ ਜੇ ਤੁਸੀਂ ਮੈਂ ਪਨੀਰ ਤਾਂ ਕਰਕੇ ਯੂਜ ਕਰਦੇ ਹਾਂ ਕਿ ਤਾਂ ਮੈਂ ਥੋੜ੍ਹਾ ਗੇਨਿੰਗ 'ਤੇ ਚੱਲ ਰਿਹਾ ਹੈਗਾ ਅਤੇ ਦੂਜੀ ਗੱਲ ਇਹ ਆ ਵੀ ਮੈਂ ਆਪਣਾ ਨੋਨ ਵੈਜ ਨਹੀਂ ਖਾਂਦਾ ਹੈਗਾ ਵੈਜੀਟੇਰੀਅਨ ਹੈਗਾ ਐੱਗ ਦੀ ਜਗ੍ਹਾ 'ਤੇ ਪਨੀਰ ਖਾਂਦਾ ਹੈਗਾ ਇਹ ਚੀਜ਼ ਹੋ ਜਾਂਦੀ ਆ ਐੱਗ ਪਏ ਜ਼ਰੂਰ ਨੇ ਪਰ ਖਾਂਦਾ ਨਹੀਂ ਘਰ ਮੁਰਗੀਆਂ ਰੱਖੀਆਂ ਹੋਈਆਂ ਉਹਨਾਂ ਦੇ ਆਂਡੇ ਨੇ ਹੋ ਗਿਆ ਆਪਣੀ ਚੀਜ਼ਾਂ ਯਾਰ ਉਹ ਨਹੀਂ ਮਿਲ ਰਹੀ ਆਪਣੀ ਅਤੇ ਇਹਨੂੰ ਬਣਾਊਗਾ ਕੌਣ ਗੁਰੀ ਜੌਹਲ ਆ ਜਾ ਗੁਰੀ ਜੌਹਲ ਕੈਮਰਾ ਬਣਾ ਦੇ ਮੈਨੂੰ ਸਭ ਤੋਂ ਪਹਿਲਾਂ ਆਹ ਕੱਟ ਲਾ ਪਿਆਜ਼ ਕੱਟ ਲਾ ਸਭ ਤੋਂ ਪਹਿਲਾਂ ਨਾਲ ਦੀ ਨਾਲ ਆਪਾਂ ਗੱਲਾਂ ਕਰੀ ਜਾਵਾਂਗੇ ਆਪਣੇ ਡਸਟਬਿਨ ਇਹ ਇੱਥੋਂ ਨਹੀਂ ਕੱਟਣਾ ਇਹ ਹਾਂ ਸਹੀ ਆ ਇਹ ਇੱਥੋਂ ਕੱਟੀ ਚੰਗਾ ਜਿਹੜਾ ਪਿਆਜ਼ ਹੋਊਗਾ ਨਾ ਇੱਥੋਂ ਬਸ ਹਾਂ ਇੱਥੋਂ ਕੱਟੋ ਚਾਹ ਚੱਕ ਸਾਨੂੰ ਬਈ ਹੋਰ ਗੱਲ ਦੱਸਦੀ ਹੈ ਅਤੇ ਅੱਜ ਚਾਹ ਕਿੱਦਾਂ ਬਣਿਆ ਅੱਜ ਫਸਟ ਉਹ ਹੈਗਾ ਗੁਰੀ ਨੂੰ ਅੱਜ ਮੈਂ ਤੁਹਾਨੂੰ ਵੀ ਸਿਖਾਉਣਾ ਗਾ ਕਿ ਜਿਹੜੀ ਮੇਰੀ ਮੀਲ ਕਿੱਦਾਂ ਦੀ ਆ ਅਤੇ ਗੁਰੀ ਨੂੰ ਵੀ ਅੱਜ ਸਿਖਾਉਣਾ ਗਾ ਵੀ ਜਿਹੜੀ ਤੂੰ ਮੀਲ ਮੈਨੂੰ ਰੈਡੀ ਕਰਕੇ ਤਿਆਰ ਕਰਨੀ ਹੈਗੀ ਦੁਪਹਿਰ ਦੇ ਟਾਈਮ ਉਹ ਕਿਵੇਂ ਆ ਗਈ ਇਹਦਾ ਵਿੱਚ ਫਸਟ ਡੇ ਆ ਹੈ ਨਾ ਗੁਰੀ ਪਹਿਲਾ ਦਿਨ ਆ ਨਾ ਤੇਰਾ ਅੱਜ ਸਿੱਖੀ ਚੱਲੀ ਨਾਲ ਦੀ ਨਾਲ ਤੂੰ ਵੀ ਠੀਕ ਹੈ ਨਾ ਇਹਨੂੰ ਅੱਧਾ ਕੱਟ ਲਾ ਨਹੀਂ ਹਾਂ ਅੱਧਾ ਕੱਟ ਲਾ ਹਾਂ ਅੱਧਾ ਬਾਕੀ ਮੈਨੂੰ ਧਰਦੇ ਹਾਂ ਸਿੱਧੀ ਕੱਟ ਲਾ ਹਾਂ ਇੱਦਾਂ ਨਹੀਂ ਆਪਾਂ ਉਵੇਂ ਨਹੀਂ ਸੈਲਡ ਨਹੀਂ ਖਾਣਾ ਹੈਗਾ ਰਾਜੇ ਇਹਨੂੰ ਹਾਂ ਐਵੇਂ ਹਾਂ ਹੁਣ ਇਹਦੇ ਵਿੱਚ ਉਹ ਹੁਣ ਬਣੀ ਨਾ ਗੱਲ ਇੱਕ ਮਿੰਟ ਮੈਂ ਸੈਲਡ ਰੱਖਦਾ ਕੋਈ ਨਹੀਂ ਸਿੱਖ ਜਾਏਗੀ ਹੌਲੀ ਹੌਲੀ ਨਹੀਂ ਨਹੀਂ ਸਹੀ ਆ ਮੋਟੇ ਮੋਟੀ ਸਹੀ ਆ ਮੈਨੂੰ ਥੋੜ੍ਹੇ ਮੋਟੇ ਟੇਸਟੀ ਹੈਗੇ ਬਾਈ ਜੀ ਤੁਸੀਂ ਉਹ ਵੀ ਕਰ ਸਕਦੇ ਹੋ ਮਤਲਬ ਕਿ ਆਪਾਂ ਕੀ ਬਰੀਕ ਵੀ ਕਰ ਸਕਦੇ ਮੋਟੇ ਵੀ ਕਰ ਸਕਦੇ ਹਾਂ
सब तो पहला प्याज कटना ही, चल कोई चक्कर नहीं। कुछ क चीज़ों के यह जी ने भी जोड़िया वध पाया, कुछ क चीज़ें यह जी ने भी जोड़िया घट पाया ने, तो देखी चलो ब्रोकली भुल गए। एक तो ब्रोकली नहीं हैगी भाई, थोड़ी चीज़ों के मिस भी नहीं गई, थोड़ी चीज़ें मैं दिखाइया भी नहीं, वो सारिया नाल दी नाल वीडियो के चलते चलते सू सारा कुछ दसी जाव कि चीज़ की कारण खड़ जहाज सारा कुछ करता हुई काम पहले करता हुई काम दसागे हौली हौली दसागे। जो पहली सारी मील दिखाती फिर तो लोगों ने वीडियो कहना बस हो गया ठीक है, हौली हौली दसागे भी की होगा। हाँ तो आप थोड़ी चीज़ा कट्ठिया की हौली हौली दसागे भी कि चीज़ किमें आ पहला। हाँ भी गुरी जोहल भी कहना जो सिखाने भी किमें कटना ठीक है। तो भाई जी मैं सू जानकारी देता, पहला तो मैं सू वैसे दस दिता भी दोपहर के टाइम खाना है ना जी, तो ये मतलब कि भाई तुम ए करो, मैं सू चैलेंज कर दाँगा तुम ये चीज़ एक महीना खानी हैगी एक मंथ, तो उदू बाद मैं आप वीडियो थले कमेंट करके आके दसोंगे भी हाँ भाई वाकई बॉडी च फर्क पिया गा। जिमें आप कह दें नहीं फुरती होंगी फुरती, एक तो वो चीज़ बाली आँदी है, तुम इनू समझ लो कि रोटी की जगह पर भी खा सकते हो, जो मतलब बंद कटिंग करते हैं रोटी को छड के वेट लॉस कर रहे हैं रोटी को छड के चीज़ खा सकते हैं, तो जो गेनिंग कर रहे हैं वो भी खा सकते हैं, उन्होंने भी वधिया बेनीफिट है ठीक है भाई जी। तो तुम जम जब आप कह दें फुरती आँदी है बंद च, वो चीज़ आँदी है स्किन हो गई, स्किन तो ग्लो आ जाती है अपने है ना, वो चीज़ बाली वधिया लगती है मैनू, तो होर ये कि बेनीफिट अखा मतलब क्या जी अपना कहते हैं पीनिया ही नहीं होंगे है रेड जी हो जाए रेडनेस जी है ना, वो चीज़ बिल्कुल खत्म कर दी है चीज़ अपने नौ हो गए नौ होते चिट्टा जहा हो जाता होंगे है ना, वो चीज़ भी खत्म कर दें सारिया ही घाटा पूरिया कर सू आप ही पता गा भी होंगे गा। बट लोगों को यह होंगे भी सैलड का मतलब होंगे भी सैलड खीरा खा लो मूली खा लो प्याज खा लो, यीज़ा नहीं मैं सुनो जो दसदा गा भी कि आप सैलड मिक्स करके भी जो अपने खास ही अपने लिए मतलब कि सीधा ही आप अपनी बॉडी पर इफेक्ट करेंगे तो अपनी बॉडी लिए बेनीफिट हो चीज़ा मैं सूँ अच्छ दसूँगा ठीक है जी। तो दूजे नंबर पर मैं सूँ दिखा अगे हम पूरी कट्ट लग गई हाँ प्याज पूरी मोटा कट लग जाए मोटा कट लगे ये लंबे लोड कट्टे जाता हमें लाल प्याज वाइट विटामिन ज्यादा माड़ा कैमरा फड़ दस उस चीर दी तू हजे न्या सब तो इंपोर्टेंट चीज भाई जी फ्रूट हमेशा धो के खाने चाहिए और कद चक दो मेरे को सीधा ही काम कर दें अपने कर दें पर एक गल मैं सुन होर भाई जी दसदा थोड़ा जा हाई बजट मील आ गई तुम सू आप ही पता लग जूगा हौली हौली हाई बजट मील आ थोड़ी चीज़ ना ठीक है ना आप इन्ना इन्ना का आप डेली के हिसाब ना है ना भी इन्ना इन्ना की खाना है आप चल कोई उन्हें चीज़ लेना बताई करना पर सीख ही चली अच कल तो तू बनानी है ठीक है ना चाकू नहीं चाहिए है यदा भी आप थोड़ा कट दें ये चल हम तो सारी पानी कटे है वो खो गई मिली नहीं दोबारा यार ओहो फायदे की वीडियो भाई जिहड़े बंदे फिटनेस नहीं भी करते तो दिखाई मैनूं जिहड़े बंदे भाई जी फिटनेस नहीं भी करते है ना उन्हां लई भी बेनीफिट आ एक तो हुंदा भी हाँ बंदे फिटनेस दे रिलेटड ने है ना फिटनेस दे बिना भी ये चीज़ उन्होंने बेनीफिट आ गए
लेडीज भी खा सकते ने, बंदे भी खा सकते ने, बंदे बुढ़े छोटे कोई ये बच्चा ये नहीं है ब्लड प्रेशर बढ़ूगा या चीज तेज आ जा मतलब कि आप कह दें भी आज कई बार ताकत वाली चीजा या कुछ भी होंगे है ना आप कहने वधिया नहीं होंगे जो डॉक्टर दस देंगे नहीं हरेक कोई खा सकता हरेक कम आप खूब कट लेंगे ना। वैसे मैं थोड़ा चाहता कि जो किसी मूली पसंद है तो मूली पा सकता वैसे मैं मूली थोड़ी जी घट पसंद मैं पाँगा नहीं है तो बाकी थोड़ा दसी चला ये नाल पाऊंगा जी भुल जाओगे की होंगे करी कैफे कैफे दे सारे भुल सुन पता ही आप की प्यार अपनी ब्रोकली बाई जी सुन मैं दसदा मिस आ गई गैस ऑन कर ले गैस ऑन कर ले धर दे चीज मेरे तो भी ब्याह हो गया मैं घर तो बनाया करूंगा पहले बहुत तीन चार साल आप बना लिया बट मैं तुम्हें दसदा भी जो तुम ये चीज आप बनावोगे तो ज्यादा वधिया है क्योंकि आप बंदा मिस नहीं करता चीज नहीं अगला कहने बना करना मम्मी हाक मम्मी लिया बना के आपके हथी बना चीज़ ज्यादा बैटर रहूगी थोड़े लिए नहीं ऐ तो गुरी जितने बाहर गया करूँ मैं आप बना लिया करूँ मेरा फेवरेट आ साग ही है ना हफ्ता कट सकते हैं जे आप बहरों खाने सैलड सू पता ही है वैसे वधिया चीज आ गई ज्यादा बजट तो बहर भी नहीं है ठीक भी है ना भी नहीं। हाँ ठीक भी पर है थोड़े हाई लैवल क्योंकि 500 हफ्ते बहुत हों 700 ही ला 700 हफ्ते ला डेली 100 रुपया नहीं बालना हों
ਗੈਸ ਨਹੀਂ ਛੱਡਿਆ ਮੈਂ ਬਸ ਤਾਂ ਇੱਕ ਮਿੰਟ ਚ ਹੀ ਹੋ ਜਾਂਦਾ ਠੰਡ ਕਰਕੇ ਪਾਣੀ ਬੜਾ ਠਰਿਆ ਹਾਂ ਇਹਦੇ ਉੱਪਰ ਆਪਾਂ ਢੱਕਣ ਦੇ ਦੇਣਾ ਸੀ ਬਣ ਜੂ ਹਨਾ ਜ਼ਿਆਦਾ ਵੈਸੇ ਲੰਬਾ ਪ੍ਰੋਸੈਸ ਨਹੀਂ ਹੈਗਾ 4-5 ਮਿੰਟ ਦੇ ਵਿੱਚ ਹੀ ਬਣ ਜਾਂਦਾ ਵਾਈਡ ਐਂਗਲ ਚੱਲ ਰਹੀ ਹੈ ਵੀਡੀਓ ਨਹੀਂ ਬਸ ਫਿਰ ਠੀਕ ਹੈ 4-5 ਮਿੰਟ ਦੇ ਵਿੱਚ ਹੀ ਬਣ ਜਾਂਦਾਗਾ ਤੇ ਆਪਾਂ ਕੌਰਨ ਕੱਢ ਕੇ ਰੱਖ ਲਿਆ ਹੋਣਾ ਕੌਮਬੀ ਚ ਖਾਣੀ ਸਾਰਾ ਦਿਨ ਖਾਣੀ ਵਧੀਆ ਚੀਜ਼ ਹੈ ਤੇ ਹਾਂਜੀ ਬਾਈ ਵੀਡੀਓ ਦੇ ਨਾਲ ਜੁੜੇ ਰਹੋ ਹਜੇ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਹੋਰ ਕੀ ਆਪਾਂ ਜਿਹੜਾ ਲੂਣ ਮਿਰਚ ਮਸਾਲਾ ਉਹ ਚੀਜ਼ਾਂ ਇਹ ਵੀ ਹੋਰ ਸਕਿੱਪਾ ਕੀ ਸੀ ਉਹਦਾ ਨਾਮ ਬ੍ਰੋਕਲੀ ਨਾ 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 ਹੋਰ ਕੀ ਉਹ ਬਲੈਕ ਦੀ ਕੀ ਸੀ ਓਲੀਵਾ ਓਲੀਵਾ ਹਾਂ ਓਲੀਵਾ 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 ਉਹ ਹਜੇ ਮਿਸ ਆ ਗਈ ਉਹ ਵੀ ਉਹ ਲਿਆਉਣ ਵਾਲੀ ਆ ਹਨਾ ਤੇ ਜੈਤੂਨ ਜਿਹਨੂੰ ਆਪਾਂ ਕਹਿ ਦਿੰਦੇ ਆਂਗੇ ਤੇ ਬਲੈਕ ਬਲੈਕ ਜਿਹੀਆਂ ਹੁੰਦੀਆਂ ਗੋਲ ਜਿਹੀਆਂ ਹਨਾ ਉਹ ਬਲੈਕ ਬਸ ਇੰਨੇ ਹੀ ਕੰਮ ਹੁਣ ਉਦੋਂ ਬਾਅਦ ਕੌਰਨ ਪਾ ਦਾਂਗੇ ਆਪਾਂ ਹਾਂ ਜਿਹੜੇ ਜਦੋਂ ਆਪਾਂ ਬਰੋਕਲੀ ਹੈਗੀ ਜਿਹੜੀ ਮੈਂ ਤੁਹਾਨੂੰ ਦੱਸਦਾ ਬਰੋਕਲੀ ਵੀ ਆਪਾਂ ਇਹਦੇ ਵਿੱਚ ਹੀ ਪਾ ਦੇਣੀ ਹੈਗੀ ਅਤੇ ਜਿਹੜੇ ਕੌਰਨ ਨੇਗੇ ਇਹ ਹੁਣ ਥੱਲੇ ਆ ਦੇਖ ਜਦੋਂ ਉਹ ਹੋ ਗਏ ਨਾ ਇਹ ਉੱਪਰ ਆ ਗਏ ਸਾਰੇ ਜਾਣੇ ਬਸ ਬਣ ਗਏ ਸਾਰੇ ਜਾਣੇ ਮੈਂ ਉੱਪਰ ਆ ਗਏ ਤੈਨੂੰ ਇਹ ਥੋੜ੍ਹੇ ਠੰਡੇ ਹੁੰਦੇ ਨੇ ਤਾਂ ਕਰਕੇ ਪਾਣੀ ਉਬਲਦਾ ਉਬਲਦਾ ਹਟਾਤਾ ਇਹਨਾਂ ਨੇ ਆਪਾਂ 10-11 ਵਜੇ ਤੋਂ ਲੈ ਕੇ ਦੇ 3 ਵਜੇ ਦੇ ਵਿਚਾਲੇ ਵਿਚਾਲੇ ਜਦੋਂ ਮਰਜ਼ੀ ਖਾ ਸਕਦੇ ਜੇ ਆਹ ਵੀਡੀਓ ਵਧੀਆ ਤੁਸੀਂ ਪਿਆਰ ਦੇਵੋਗੇ ਜਾਂ ਕੁਛ ਵੀ ਹਨਾ ਸਮਝ ਲਾ ਲਓ ਵੀ ਤੁਹਾਨੂੰ ਜ਼ਰੂਰਤ ਹੋ ਗਈ ਇਸ ਵੀਡੀਓ ਦੀ ਜਾਂ ਤੁਸੀਂ ਤਾਂ ਆਪਾਂ ਅਗਲੀ ਫਰੂਟ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਅਤੇ ਡਰਾਈ ਫਰੂਟ ਬਾਰੇ ਵੀ ਦੱਸਾਂਗੇ ਮਤਲਬ ਕਿ ਲੈ ਕੇ ਆਉਂਦੇ ਰਹਾਂਗੇ ਅਤੇ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਡਰੱਗਸ 'ਤੇ ਲੈ ਕੇ ਆਵਾਂਗੇ ਵੀ ਜਿਹੜੀ ਕਿਵੇਂ ਚੀਜ਼ਾਂ ਤੁਸੀਂ ਛੱਡ ਸਕਦੇ ਹੋ ਦੇਖੀ ਕੌਰਨ ਬਣ ਕਰਦੇ ਉੱਪਰ ਆ ਗਏ ਨਾ ਸਾਰੇ ਭੰਗ ਕੇ ਹਨਾ ਹੁਣ ਆਪਾਂ ਨੂੰ ਚਾਹੀਦੀ ਹੋਊਗੀ ਛਾਣਨੀ ਨਹੀਂ ਆਪਾਂ ਨੂੰ ਕੀ ਕਹਿੰਦੇ ਹੁੰਦੇ ਪੌਣੀ ਚਾਹ ਪੌਣੀ ਚਾਹ ਪੌਣੀ ਆ ਪਿਆ ਇਹਦੇ ਨਾਲ ਤੁਸੀਂ ਆ ਜਾਲੀ ਦੇ ਵਿੱਚ ਦੀ ਕੱਢ ਦੋ ਜਾਲੀ ਧੋ ਲਓ ਮੈਂ ਰੋਟੀ ਖਾ ਕੇ ਛੋੜੀ ਨਹੀਂ ਉਹਨੇ ਤਾਂ ਇਹ ਭਾਂਡੇ ਪਏ ਨੇ ਨਾ ਹਾਂ ਰੋਟੀ ਪੂਰੀ ਦੇਖੀ ਪਾਣੀ ਕਿੰਨਾ ਆ ਜਾਊਗਾ ਤੈਨੂੰ ਵੀ ਕਿਹੋ ਜਿਹਾ ਲੱਗਦਾ ਮਸ਼ਰੂਮ ਪਤਾ ਨਹੀਂ ਮੈਨੂੰ ਤਾਂ ਦੇਖਣ ਨੂੰ ਵਧੀਆ ਨਹੀਂ ਲੱਗੇ ਦੇਖਣ ਨੂੰ ਵਧੀਆ ਨਹੀਂ ਲੱਗੇ ਪਰ ਇਹਨਾਂ ਦਾ ਟੇਸਟ ਨਹੀਂ ਨਾ ਹੁੰਦਾ ਫਿੱਕੇ ਜਿਹੇ ਹੁੰਦੇ ਆ ਸਵਾਦਿਸ਼ਟ ਹੀ ਜਿਹੇ ਵਧੀਆ ਲੱਗਦੇ ਨੇ ਪਰ ਬੈਨੀਫਿਟ ਬਹੁਤ ਇਹਨਾਂ ਦਾ ਤਾਂ ਕੰਮ ਲਈ ਕਰਮ ਵਾਲੀ ਆ ਬੋਡੀ ਵੇਟ ਐਕਸਰਸਾਈਜ਼ ਨਾਲ ਜਿਮ ਵੀ ਨਹੀਂ ਗਈ ਘਰ ਰਹਿ ਕੇ ਬਣਾ ਰਹੇ ਹਾਂ
देख तेरा लगो दुखान लगी थी सिद्धि रात देख लो इन्नी हिम्मत नहीं बिना वाली चल जा नाले अग वर्गा पानी वीडियो देख के मैं मेरा फोन बंद कर देख के ओहो ओहो जरा पास हो इधर मैं देख वहां बैठा ਪਹਿਲਾਂ ਬਾਈ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਬ੍ਰੈਡ ਵੀ ਬਣਾਉਣੇ ਪਤਾ ਨਹੀਂ ਬ੍ਰੈਡ ਦਾ ਤੋਂ ਕਿੰਨੇ ਲਿਆਂਦੇ ਕਾਲੀ ਮਿਰਚ ਆਪਾਂ ਇਹਦੇ ਵਿੱਚ ਪਾਵਾਂਗੇ ਉਹਨੂੰ ਆਪਾਂ ਇਹਦੇ ਵਿੱਚ ਵੀ ਪਾਵਾਂਗੇ ਚੀਜ਼ ਹਾਏ 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 ਹਾਲ ਤਾਂ ਪੈ ਗਈ ਸੁੱਕੀ ਦੇ ਜ਼ਿਆਦਾ ਨਾਲ ਵੀ ਕੌੜੀ ਹੋ ਜਾਂਦੀ ਤੇ ਇਹ ਆਪਣਾ ਹੋ ਗਿਆ ਰੈਡੀ ਇੱਕ ਮਿੰਟ जे हेल्दी खाना तो यह कर सकते हैं तो जे किसी ने स्वादिष्ट लिए वैसे ही खाना गा आप नमक पा सकते हैं नमक तो बिना तो होर कोई चीज़ सूँ पता वी नहीं होंगी कला नमक पा सकते तो काली मिर्च ना वी टेस्ट बन जाता है जिन्होंने वेट लॉस करना भी पा सकते हाँ नींबू हाँ वो नींबू मैं तुम दस दाँगा तो जेडे एक मिनट जिन्होंने तो खाना टेस्ट ले भी घर बह के पैसे ही है ना भी एक मील की तरह वो तो जी सॉस होंगे वैसे मैं रैकमेंड नहीं करता गंदी चीज़ है बहुत तो टेस्ट लई मतलब कि यह चमचा पा के घोल के खा सकते हैं तो जोड़े भीर ने वेट लॉस कटिंग ने बहुत ज्यादा है ना वो ये दो नींबू होंगे ने अपने नींबू सड़क के बस इस तरह तो ये अपना हम लो भाई जी बन के रेडी बिल्कुल ठीक है ना जी तो अगे जो तुम होर भी मिलना चाहते हो तो मिलना ला लो या कुछ भी बॉडी के थ्रू तो वीडियो पाती नहीं ठीक है चैनल भाई सबसक्राइब जरूर करो जो तुम अगर होर भी वीडियो चाहते हो तो वीडियो दस्यो तुहानू किवें लगी तो हाँ भाई जी महीना जरूर चैलेंज में एक्सैप्ट करना डेली खाया करना तो उस मैं दसना भी थोड़ी बॉडी के रिजल्ट आने गए तो मैं गरंटी वैसे आवगे लव यू।